ਪੰਜਾਬ 'ਚ ਫਿਰ ਤੋਂ RTO ਅਫਸਰ ਲਗਾਏ ਜਾਣਗੇ। 15 ਪੀਸੀਸ ਅਫਸਰਾਂ ਨੂੰ 15 ਜ਼ਿਲ੍ਹਿਆਂ ਦੇ ਵਿੱਚ RTO ਅਫਸਰ ਲਗਾਇਆ ਜਾਵੇਗਾ। 8 ਜ਼ਿਲ੍ਹਿਆਂ 'ਚ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਹੀ RTO ਅਫਸਰ ਰਹਿਣਗੇ। ਦਰਅਸਲ ਪਹਿਲਾਂ ਰੀਜਨਲ ਟਰਾਂਸਪੋਰਟ ਅਥਾਰਟੀ ਦੀਆਂ 4 ਅਸਾਮੀਆਂ ਤੇ ਰੀਜਨਲ ਟਰਾਂਸਪੋਰਟ ਅਫਸਰਾਂ ਦੀਆਂ ਕੁੱਲ 23 ਅਸਾਮੀਆਂ ਨੂੰ ਜ਼ਿਲ੍ਹਾ ਵਾਈਜ਼ ਐਲੋਕੇਟ ਕੀਤਾ ਗਿਆ ਸੀ ਤੇ ਹੁਣ ਪੰਜਾਬ 'ਚ RTO ਅਫਸਰ 15 ਜ਼ਿਲ੍ਹਿਆਂ ਦੇ ਵਿੱਚ 15 ਪੀਸੀਸ ਅਧਿਕਾਰੀਆਂ ਨੂੰ ਲਗਾਇਆ ਜਾਵੇਗਾ, ਜਦਕਿ 8 ਜ਼ਿਲ੍ਹਿਆਂ ਦੇ ਵਿੱਚ 8 ਵਿਭਾਗ ਦੇ ਅਧਿਕਾਰੀ ਹੀ RTO ਵਜੋਂ ਸੇਵਾਵਾਂ। ABP Sancha, Josh Jazba, Junoon.